ਮਾਨਸਾ ਦੇ ਪਿੰਡ ਮਾਖਾਚਾਲਾ ਦੇ ਵਿੱਚ ਬਾਬਾ ਕਿਸ਼ਨ ਦਾਸ ਵੈਲਫੇਅਰ ਸੋਸਾਇਟੀ ਦੇ ਵੱਲੋਂ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਸ਼ਹੀਦ ਭਗਤ ਸਿੰਘ ਦੀ ਯਾਦ ਦੇ ਵਿੱਚ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੇ ਵਿੱਚ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੇ ਲਈ ਨਾਟਕ ਮੇਲੇ ਵੀ ਕਰਵਾਏ ਗਏ ਨੇ ਅਤੇ ਸੋਸਾਇਟੀ ਦੇ ਵੱਲੋਂ ਸਮਾਜ ਸੇਵੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਬਹੁਤ ਹੀ ਪਹਿਲਾਂ ਤਾਂ ਸਾਨੂੰ ਆਪਣੇ ਕਲੱਬ ਨੂੰ ਅਤੇ ਪਿੰਡ ਨੂੰ ਮੈਂ ਧੰਨਵਾਦ ਕਰਦਾ, ਵਧਾਈ ਨਹੀਂ ਦਿੰਦਾ, ਧੰਨਵਾਦ ਕਰੂੰਗਾ ਕਿਉਂਕਿ ਉਹਨਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ ਲੋਕਾਂ ਨੂੰ ਜਾਗਰੂਕ ਕਰਨ ਦਾ ਅਤੇ ਸਮਾਜਿਕ ਤੌਰ 'ਤੇ ਇਹਨਾਂ ਨੇ ਸਭ ਦਿਖਾਇਆ ਕਿ ਨਸ਼ਿਆਂ ਦੇ ਨਾਲ ਕਿਵੇਂ ਘਰ ਕੱਟੇ ਜਾਂਦੇ ਨੇ, ਮਾਂ ਬਾਪ ਪਿਓ ਨਸ਼ਿਆਂ ਦੇ ਕਰਕੇ ਆਪਦੇ ਜਵਾਕਾਂ ਦਾ ਫਿਊਚਰ ਖਰਾਬ ਕਰਦਾ, ਮੁੰਡੇ ਨਸ਼ੇ ਕਰਕੇ ਆਪਦੇ ਮਾਂ ਪਿਓ ਨੂੰ ਜਿਉਂਦੇ ਜੀ ਮਾਰ ਦਿੰਦੇ ਅਤੇ ਉਮੀਦ ਕਰਦਾ ਲੋਕ ਵੀ ਇਸ ਨਾਟਕ ਨੂੰ ਦੇਖ ਕੇ, ਇਸ ਪ੍ਰੋਗਰਾਮ ਨੂੰ ਦੇਖ ਕੇ ਸਿਹਤ ਲੈਣ ਵਿੱਚ ਅੱਗੇ ਤੋਂ ਆਪਦੇ ਪਰਿਵਾਰ ਬਾਰੇ ਸਾਰੇ ਸਮਾਜ ਬਾਰੇ ਚੰਗਾ ਆਪਦੇ ਵੱਲੋਂ ਵਧਾਈ ਦੇਣਾ ਵੀ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਐਡਾ ਵੱਡਾ ਉਪਰਾਲਾ ਕਰ ਰਹੇ ਨੇ। ਇੱਥੇ ਬਹੁਤ ਹੀ ਅੱਛੀ ਸੋਚ ਵਾਲੇ ਨਾਟਕ ਮੇਲੇ ਕਰਾਏ ਜਾ ਰਹੇ ਨੇ ਅਤੇ ਜਿਹਦੇ ਨਾਲ ਕੁਦਰਤੀ ਤੌਰ 'ਤੇ ਹੈ ਸਾਡੀਆਂ ਮਾਤਾਵਾਂ ਭੈਣਾਂ ਅਤੇ ਬੱਚੀਆਂ ਅਤੇ ਸਾਡੇ ਸਾਰੇ ਜਿਹੜੇ ਨੌਜਵਾਨ ਵੀਰ ਨੇ ਬਜ਼ੁਰਗ ਨੇ ਉਹ ਇਹ ਤੋਂ ਕੋਈ ਸਿੱਖਿਆ ਲੈਣਗੇ। ਸੋ ਇਹ ਨਾਟਕ ਇਸ ਤਰ੍ਹਾਂ ਦੇ ਪੇਸ਼ ਕੀਤੇ ਜਾ ਰਹੇ ਨੇ ਜਿਵੇਂ ਉੱਥੇ ਕੀਤਾ ਗਿਆ ਸੀ ਲੋਕਾਂ ਨੂੰ ਇੱਕ ਨਵੀਂ ਸੋਚ ਪੈਦਾ ਕਰਦੀਆਂ ਹਨ, ਸੋਚਣ ਲਈ ਮਜ਼ਬੂਰ ਹੁੰਦੇ ਨੇ ਵੀ ਸਾਡੀਆਂ ਜਿਹੜੀਆਂ ਇਸ ਵੇਲੇ ਸਮਾਜ ਦਾ ਹਾਲ ਨਿਘਾਰ ਵੱਲ ਗਿਆ, ਇੰਨਾ ਨਿਘਾਰ ਹੋ ਚੁੱਕਿਆ ਸਮਾਜ ਦੇ ਵਿੱਚ, ਤਾਂ ਉਹ ਕੁਛ ਆਹ ਗੱਲਾਂ ਨੇ ਜਿਹਦੇ ਕਰਕੇ ਜਿਹੜੇ ਸਮਾਜ ਦੇ ਵਿੱਚ ਵਿਗਾੜ ਪੈ ਗਿਆ ਹੋਏ ਨੇ। ਮੈਂ ਬੜੇ ਸਾਰਾ ਜਾਣਕਾਰੀ ਦਿੰਦਾ ਕਿ ਵਿਧਾਨ ਸਭਾ ਦੇ ਵਿੱਚ ਵੀ ਮੈਂ ਜਿਹੜਾ ਲੈਕਚਰ ਗਾਇਕੀ ਹੈ ਉਸ ਬਾਰੇ ਉੱਥੇ ਇਹ ਕੁਸਚਨ ਵੀ ਲਾਇਆ ਸੀ, ਉਹਦੇ ਨਾਲ ਬੋਲਿਆ ਵੀ ਸੀ, ਪਹਿਲਾਂ ਵੀ ਮੈਂ ਮਾਨਯੋਗ ਸੀਐਮ ਸਾਹਿਬ ਨੂੰ ਆਪਦੇ ਵੱਲੋਂ ਇੱਕ ਜੋ ਲੈਟਰ ਲਿਖਿਆ ਸੀ ਵੀ ਇਹਨਾਂ 'ਤੇ ਦੇਖੋ, ਅਤੇ ਮੈਨੂੰ ਉਮੀਦ ਹੈ ਕਿ ਜਿਹੜੇ ਆਪਣੇ ਸੱਭਿਆਚਾਰਕ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਜੀ ਉਹ ਇਸ ਵੱਲ ਨੂੰ ਪਹਿਲ ਕਰ ਰਹੇ ਨੇ। ਆਏ ਪਰਸੋਂ ਉਹਨਾਂ ਤੋਂ ਮੀਟਿੰਗ ਗੱਲ ਕੀਤੀ ਸੀ ਜਿਹਦੇ ਵਿੱਚ ਸੋਚਿਆ ਜਾ ਰਿਹਾ ਵੀ ਕਿਸੇ ਦੋ ਚਾਰ ਵਿਦਵਾਨਾਂ ਨੂੰ ਕੋਈ ਇਸ ਤਰ੍ਹਾਂ ਸੈਂਸਰ ਬੋਰਡ ਬਣਾਈਏ, ਹੋਰ ਕਰੀਏ, ਹੈ ਨਾ। ਤਾਂ ਕੁਦਰਤੀ ਤੌਰ 'ਤੇ ਜਿਹੜੇ ਇਹੋ ਜਿਹੇ ਨਾਟਕ ਨੇ ਜੋ ਲੋਕਾਂ ਦੀ ਸੋਚ ਵਧੀਆ ਪੈਦਾ ਕਰਦੇ ਨੇ, ਤਾਂ ਉਹਨੂੰ ਪਤਾ ਲੱਗਦਾ ਵੀ ਜਿਹੜੇ ਅਸੀਂ ਗੀਤ ਲੱਚਰ ਸੁਣਦੇ ਹਾਂ ਅਤੇ ਹੋਰ ਹਾਂ ਉਹਨਾਂ ਦਾ ਕਿੱਡਾ ਮਾੜਾ ਪ੍ਰਭਾਵ ਹੈ ਅਤੇ ਉਹ ਫਿਰ ਇਹ ਚੀਜ਼ਾਂ ਅੱਗੇ ਕਹਿਣ ਲਈ ਮਜ਼ਬੂਰ ਹੋ ਜਾਂਦੇ ਨੇ ਵੀ ਸਾਨੂੰ ਇਸ ਤਰ੍ਹਾਂ ਦੇ ਲੱਚਰਤਾ ਭਰੇ ਜਿਹੜਾ ਕੋਈ ਵੀ ਪ੍ਰੋਗਰਾਮ ਹੈ ਇਹ 'ਤੇ ਸਾਡਾ ਛੁਟਕਾਰਾ ਦਵਾਓ, ਤਾਂ ਕਿ ਸਾਡੇ ਨੌਜਵਾਨਾਂ ਨੂੰ ਅੱਛੀ ਸੇਧ ਮਿਲ ਸਕੇ ਜੋ ਸਮਾਜ ਦੇ ਵਿੱਚ ਇਸ ਵੇਲੇ ਚਲੋ ਨਿਘਾਰ ਆਇਆ ਹੋਇਆ ਇਹਦੇ ਵਿੱਚ ਕੋਈ ਕਿਸੇ ਨੂੰ ਸਵਾਲ। ਮਾਨਸਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ।